सत श्री अकाल जी सारिआं नूं, तुहाडा सारिआं दा स्वागत है जी अपने चैनल ते। अज आपां बनावांगे जी बिस्कुट, कणक दे आटे दे बनावांगे आपां। ये मैं 2 कौलियां लईआं ने जी कणक दा आटा, ये आपां साण लिआ ते 1/2 कौली लई है बेसन। मैं ये कौली सैट कर ली जी, यही 2 कौलियां आपां आटे दीआं लईआं ने ते 1/2 कौली बेसन दी लई है। इन्हां नूं 1 भांडे दे विच पा लांगे। अद्धी कौली तो थोड़ी जी वध ही लई है जी मैं देसी खंड। तुसी नॉर्मल खंड नूं मिक्सी नाल पीस के भी लै सकदे हो। अद्धे चमचे तो घट पा रही हैं जी बेकिंग पाउडर, एक चुटकी जी बिल्कुल ही थोड़ा जिहा, एक चुटकी लूण पा रहे हैं। ये 1/2 कौली आपां घिओ लिया जी, घिओ ना ही तो ज़्यादा जम्मिया होवे ते ना ही गर्म होवे, इस तरह का चाहिए। ये इहदे विचों आपां 1 चमचा रख लाँगे, जे जरूरत पई आपां फिर पा लाँगे। हुण इहनां नूं आपां मिक्स करांगे सारियां चीज़ां नूं। ਤੁਸੀਂ ਇਕੱਲੇ ਘਿਓ ਨਾਲ ਵੀ ਆਟਾ ਗੁੰਨ ਸਕਦੇ ਹੋ, ਜਾਂ ਫਿਰ ਘਿਓ ਥੋੜ੍ਹਾ ਪਾ ਕੇ ਥੋੜ੍ਹਾ ਜਿਹਾ ਦੁੱਧ ਪਾ ਕੇ ਵੀ ਇਹਨੂੰ ਗੁੰਨ ਸਕਦੇ ਹੋ। ਆਪਾਂ ਇਹ ਵੀ ਘਿਓ ਪਾ ਲਾਂਗੇ ਵਿੱਚ ਹੀ। ਹੁਣ ਇਹਦੇ ਵਿੱਚ ਮੈਂ ਪਾਉਂਗੀ ਜੀ ਦੁੱਧ। ਦੁੱਧ ਨੋਰਮਲ ਰੂਮ ਟੈਂਪਰੇਚਰ 'ਤੇ ਹੋਣਾ ਚਾਹੀਦਾ ਜੀ, ਨਾ ਹੀ ਆਪਾਂ ਇਹ ਜ਼ਿਆਦਾ ਕੈੜਾ ਗੁੰਨਣਾ ਅਤੇ ਨਾ ਹੀ ਜ਼ਿਆਦਾ ਆਪਾਂ ਢਿੱਲਾ ਰੱਖਣਾ ਇਹਨੂੰ। ਜ਼ਿਆਦਾ ਮਲ ਕੇ ਨਹੀਂ ਗੁੰਨਣਾ ਜੀ, ਬਸ ਐਂ ਆਪਾਂ ਇਹਨੂੰ ਇਕੱਠਾ ਕਰ ਲਿਆ ਅਤੇ ਹੁਣ ਆਪਾਂ ਇਹਦੇ ਬਣਾਵਾਂਗੇ ਬਿਸਕੁਟ। ਤੁਸੀਂ ਗੋਲ ਜਾਂ ਚੌਰਸ ਜਿਹੜੀ ਵੀ ਸ਼ੇਪ ਦੇ ਬਣਾਉਣੇ ਆ ਬਣਾ ਸਕਦੇ ਹੋ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਇੱਧਰ ਆਪਾਂ ਲੂੰਡਾ ਰੱਖਿਆ ਜੀ ਗੈਸ 'ਤੇ, ਇਹਦੇ ਵਿੱਚ ਲੂਣ ਪਾ ਲਿਆ ਮੈਂ 1/2 ਕੌਲੀ। ਇਹਦੇ ਉੱਪਰ ਤੁਸੀਂ ਐਂ ਸਟੈਂਡ ਜਾਂ ਕੋਈ ਕੌਲੀ ਮੁੱਦੀ ਮਾਰ ਕੇ ਰੱਖ ਲਿਓ। ਇਹਨੂੰ 5 ਮਿੰਟ ਢੱਕ ਕੇ ਆਪਾਂ ਗਰਮ ਹੋਣ ਦਿੰਦੇ ਹਾਂ। ਇਹ ਪਲੇਟ ਨੂੰ ਮੈਂ ਘਿਓ ਲਾ ਲਿਆ, ਇਹਨੂੰ ਇਹਦੇ ਵਿੱਚ ਆਪਾਂ ਬਿਸਕੁਟ ਰੱਖ ਕੇ ਉਹਦੇ ਵਿੱਚ ਰੱਖਾਂਗੇ ਲੂੰਡੇ 'ਚ। ਅਤੇ ਹੁਣ ਆਪਾਂ ਬਿਸਕੁਟ ਬਣਾਉਂਦੇ ਹਾਂ। ਤੁਸੀਂ ਇਸ ਤਰ੍ਹਾਂ ਛੋਟੇ ਛੋਟੇ ਪੇੜੇ ਕਰਕੇ ਵੀ ਬਣਾ ਸਕਦੇ ਹੋ, ਜਾਂ ਤੁਸੀਂ ਇਹਦੀ ਵੱਡੀ ਰੋਟੀ ਵੇਲ ਲਿਓ ਅਤੇ ਉਹਦੇ ਵਿੱਚੋਂ ਕੱਟ ਲਿਓ ਗੋਲ ਜਾਂ ਚੌਰਸ ਜਿਹੋ ਜਿਹੇ ਤੁਸੀਂ ਕੱਟਣੇ ਨੇ। ਥੋੜ੍ਹਾ ਥੋੜ੍ਹਾ ਆਟਾ ਲੈ ਕੇ ਜੀ ਇਹਨੂੰ ਆਪਾਂ ਗੋਲ ਕਰ ਲਾਂਗੇ ਪਹਿਲਾਂ। ਜੇ ਤੁਸੀਂ ਗੋਲ ਬਣਾਉਣੇ ਆ ਗੋਲ ਵੀ ਬਣਾ ਸਕਦੇ ਹੋ। ਇਹ ਸਾਈਡਾਂ ਤੋਂ ਆਪਾਂ ਇਹਨੂੰ ਸੈੱਟ ਕਰ ਦਾਂਗੇ। ਮੈਂ ਚੌਰਸ ਬਣਾ ਰਹੀ ਹਾਂ ਜੀ। ਇਹ ਆਪਾਂ ਚਮਚੇ ਨਾਲ ਜੀ ਇਹਦੇ ਉੱਤੇ ਡਿਜ਼ਾਇਨ ਪਾ ਦਾਂਗੇ। ਇਹ ਆਪਾਂ ਇਸ ਤਰ੍ਹਾਂ ਦਾ ਬਣਾ ਲਿਆ ਜੀ।
ਅਤੇ ਜਿਹੜੀ ਪਲੇਟ ਦੇ ਵਿੱਚ ਆਪਾਂ ਘਿਓ ਲਾਇਆ ਉਹਦੇ ਵਿੱਚ ਰੱਖ ਲਾਂਗੇ। ਇੱਕ ਹੋਰ ਬਣਾ ਕੇ ਦਿਖਾਉਂਦੇ ਹਾਂ ਜੀ। ਬਹੁਤ ਹੀ ਆਸਾਨੀ ਨਾਲ ਆਪਾਂ ਕਣਕ ਦੇ ਆਟੇ ਤੋਂ ਇਹਨਾਂ ਨੂੰ ਘਰੇ ਤਿਆਰ ਕਰ ਸਕਦੇ ਹਾਂ। ਟਰਾਈ ਜ਼ਰੂਰ ਕਰਿਓ ਜੀ ਤੁਸੀਂ। ਇਹਦੇ 'ਤੇ ਵੀ ਡਿਜ਼ਾਇਨ ਬਣਾ ਦਾਂਗੇ ਆਪਾਂ। ਤੁਸੀਂ ਕੋਈ ਵੀ ਡਿਜ਼ਾਇਨ ਬਣਾ ਸਕਦੇ ਹੋ। ਹੁਣ ਇੱਕ ਤੁਹਾਨੂੰ ਗੋਲ ਬਣਾ ਕੇ ਦਿਖਾਉਂਦੇ ਹਾਂ। ਇਹਦੇ 'ਤੇ ਵੀ ਆਪਾਂ ਡਿਜ਼ਾਇਨ ਬਣਾ ਦਾਂਗੇ। ਤੁਸੀਂ ਇਸ ਤਰ੍ਹਾਂ ਵੀ ਸਿੱਧੀਆਂ ਲਾਈਨਾਂ ਲਾ ਕੇ ਵੀ ਰੱਖ ਸਕਦੇ ਹੋ ਜਾਂ ਇਸ ਤਰ੍ਹਾਂ ਬਣਾ ਲਿਓ। ਹੁਣ ਆਪਾਂ ਤਿਆਰ ਕਰ ਲਈਏ ਜੀ ਪਹਿਲਾਂ ਸਾਰੇ, ਫਿਰ ਦਿਖਾਉਂਦੇ ਹਾਂ। ਜਿਵੇਂ ਇਹ ਕਿਨਾਰੀਆਂ ਥੋੜ੍ਹੀਆਂ ਥੋੜ੍ਹੀਆਂ ਰਹਿ ਜਾਂਦੀਆਂ ਨੇ ਜੀ, ਤੁਸੀਂ ਇਸ ਨੂੰ ਥੋੜ੍ਹਾ ਜਿਹਾ ਵੱਡਾ ਬਣਾ ਕੇ ਕੋਈ ਢੱਕਣ ਲੈ ਲਿਓ, ਉਹਦੇ ਨਾਲ ਵੀ ਕੱਟ ਲਿਓ। ਇਹ ਬਿਲਕੁਲ ਗੋਲ ਬਣ ਜਾਣਗੇ। ਦੇਖੋ ਜੀ ਕਿੰਨਾ ਵਧੀਆ ਬਣਿਆ। ਇਹ ਆਪਾਂ ਬਣਾ ਲਏ ਜੀ। ਪਲੇਟ ਆਪਣੀ ਛੋਟੀ ਹੈ, ਇੰਨੇ ਕੀ ਟੀਕੇ ਨੇ, ਇਹਦੇ ਵਿੱਚ ਥੋੜ੍ਹੇ ਥੋੜ੍ਹੇ ਫਰਕ ਨਾਲ ਰੱਖਣੇ ਨੇ ਜੀ ਇਹ। ਇੱਧਰ ਆਪਣੀ ਕੜਾਹੀ ਗਰਮ ਹੋ ਗਈ ਜੀ, ਹੁਣ ਆਪਾਂ ਇਹਨੂੰ ਇਹਦੇ ਵਿੱਚ ਰੱਖ ਦਾਂਗੇ। ਧਿਆਨ ਨਾਲ ਰੱਖਣਾ ਜੀ, ਕੜਾਹੀ ਬਹੁਤ ਗਰਮ ਹੈ ਅਤੇ ਉੱਪਰੋਂ ਫਿਰ ਢੱਕ ਦਾਂਗੇ ਇਹਨੂੰ ਆਪਾਂ 10-12 ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਣਗੇ ਜੀ ਇਹ। ਸੇਕ ਆਪਾਂ ਮੀਡੀਅਮ ਰੱਖਿਆ ਜੀ, ਜ਼ਿਆਦਾ ਹਾਈ ਨਹੀਂ ਰੱਖਣਾ। ਇਹ ਆਪਾਂ ਇੱਕ ਹੋਰ ਤਰੀਕੇ ਨਾਲ ਦਿਖਾਉਂਦੇ ਹਾਂ ਜੀ। ਇਹ ਆਪਾਂ ਥੋੜ੍ਹਾ ਜਿਹਾ ਵੱਡਾ ਢੱਕਣ ਲਿਆ, ਇਹਦੇ ਨਾਲ ਕੱਟ ਲਾਂਗੇ ਆਪਾਂ ਇਹਨੂੰ। ਇਹਦੇ 'ਤੇ ਡਿਜ਼ਾਇਨ ਵੀ ਆਪਾਂ ਥੋੜ੍ਹਾ ਜਿਹਾ ਅਲੱਗ ਤਰੀਕੇ ਦਾ ਬਣਾਵਾਂਗੇ। ਇਹ ਆਪਾਂ ਲਈ ਹੈ ਜੀ ਕੌਲੀ। ਤੁਸੀਂ ਕੌਲੀ ਲੈ ਲਿਓ ਜਾਂ ਗਲਾਸ ਲੈ ਲਿਓ, ਇਹਦੇ ਨਾਲ ਬਣਾਇਓ ਡਿਜ਼ਾਇਨ। ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ। ਹੁਣ ਆਪਾਂ ਇਹਨਾਂ ਨੂੰ ਚੈੱਕ ਕਰਦੇ ਹਾਂ ਜੀ। ਬਣ ਗਏ ਜੀ ਇਹ, ਅਤੇ ਆਪਾਂ ਇਹਨਾਂ ਨੂੰ ਬਾਹਰ ਉਤਾਰ ਕੇ ਦੂਸਰੇ ਧਰ ਦਿੰਦੇ ਹਾਂ। ਇਹਨੂੰ ਆਪਾਂ ਕੱਢ ਕੇ ਸਾਈਡ 'ਤੇ ਰੱਖ ਦਿੰਦੇ ਹਾਂ ਜੀ, ਠੰਡੇ ਹੋਇਆਂ ਤੋਂ ਫਿਰ ਕੱਢਾਂਗੇ ਪਲੇਟ 'ਚੋਂ। ਇਹ ਆਪਾਂ ਦੂਸਰੇ ਰੱਖ ਦਿੰਦੇ ਹਾਂ ਇਹਦੇ ਵਿੱਚ। ਟਾਈਮ 2-4 ਮਿੰਟ ਘੱਟ ਵੱਧ ਵੀ ਲੱਗ ਸਕਦੇ ਨੇ ਜੀ, ਸੇਕ ਦਾ ਵੀ ਫਰਕ ਹੁੰਦਾ ਆਪਣੇ।
ਅਤੇ ਬਿਸਕੁਟਾਂ ਦਾ ਵੀ, ਕੋਈ ਥੋੜ੍ਹੇ ਜਿਹੇ ਮੋਟੇ ਬਣਾਉਂਦੇ ਹਾਂ ਕੋਈ ਪਤਲੇ, ਟਾਈਮ ਦਾ ਕੋਈ ਚੱਕਰ ਨਹੀਂ, ਤੁਸੀਂ ਚੈੱਕ ਕਰ ਲਿਓ ਜ਼ਰੂਰ। ਇਹ ਆਪਾਂ ਬਣਾ ਕੇ ਤਿਆਰ ਕਰ ਲੈਂਦੇ ਜੀ, ਤੁਸੀਂ ਵੀ ਟਰਾਈ ਜ਼ਰੂਰ ਕਰਿਓ, ਬਹੁਤ ਹੀ ਵਧੀਆ ਅਤੇ ਟੇਸਟੀ ਬਣਦੇ ਨੇ। ਅਤੇ ਇਹਨਾਂ ਨੂੰ ਥੋੜ੍ਹੇ ਜਿਹੇ ਜੀ ਪਤਲੇ ਬਣਾਇਓ, ਥੋੜ੍ਹੇ ਜਿਹੇ ਫੁੱਲ ਕੇ ਫਿਰ ਇਹ ਮੋਟੇ ਹੋ ਜਾਂਦੇ ਨੇ, ਪਤਲੇ ਬਣਾਵੋਗੇ ਤਾਂ ਜਲਦੀ ਬਣ ਜਾਣਗੇ। ਟਰਾਈ ਜ਼ਰੂਰ ਕਰਿਓ ਜੀ, ਆਵਾਜ਼ ਬਹੁਤ ਵਧੀਆ ਜੀ, ਬਹੁਤ ਵਧੀਆ ਰੜ ਕੇ ਤਿਆਰ ਹੋਏ ਨੇ।